ਮੈਨੂੰ ਥੋੜ੍ਹਾ ਥੋੜ੍ਹਾ ਪਤਾ ਲੱਗ ਗਿਆ ਵੀ ਕਿਹੜੇ ਗਾਣੇ ਨੂੰ ਸੁਣਦੇ ਨੇ, ਇਸ ਵਾਸਤੇ ਫਿਰ ਥੋੜ੍ਹਾ ਚੇਂਜ ਕਰ ਦਿੱਤਾ। ਉਹ ਮੇਰੀ ਅਕੀਦਤ ਸੀ, ਇਹ ਮੇਰਾ ਕਮਰਸ਼ਲ ਵੀ ਹੈ ਅਤੇ ਸ਼ੌਕ ਵੀ ਹੈ ਕਿਸੇ ਬੰਦੇ ਦਾ ਮੈਨੂੰ। ਉਹ ਜਨਾਬ ਗੁਲਾਮ ਅਲੀ ਸਾਹਿਬ ਨੇ, ਮੈਂ ਪਹਿਲੇ ਹੀ ਬਹਿਸ ਕਰ ਚੁੱਕਾ ਕਿ ਮੈਨੂੰ ਬਹੁਤ ਪਿਆਰੇ ਨੇ, ਮੇਰੇ ਉਸਤਾਦ ਨੇ, ਮੇਰੇ ਟੀਚਰ ਨੇ, ਸਭ ਕੁਝ ਮੇਰੇ ਨੇ। ਸ਼ਾਹ ਜੀ, ਇਹ ਨੀਅਤ ਕਾ ਤਾਲੁਕ ਹੈ ਨਾ ਇਸ ਚੀਜ਼ ਕਾ, ਯਹੀ ਸਕਿੱਲ ਹੈ ਮੇਰੇ ਬਾਬਾ ਜੀ। ਅੱਛਾ ਵੈਦ ਸਾਹਿਬ, ਇਹ ਆਜ ਸੇ ਤਕਰੀਬਨ 55 ਸਾਲ ਪਹਿਲਾਂ ਕਾ ਯੇ ਰਿਕਾਰਡ ਹੈ ਖਾਂ ਸਾਹਿਬ ਕਾ, ਜੋ ਹਮ ਸਭ ਗਾ ਰਹੇ ਹੈ ਇਨਕੋ ਟੂਨੇ ਬਣਾ ਬਣਾ ਕੇ, ਲੇਕਿਨ ਯੇ ਸਭ ਸੇ ਪਹਿਲੇ ਹੈ ਕਿ ਸੁਮਰ ਲੰਮ ਸਦਿਓ ਨਿਕਲ ਰਹਾ ਯੇ ਹੈ ਇਸਕੀ ਜੜ ਜੋ ਹੈ, ਇਸ ਠਾਟ ਕੀ ਸ਼ਨਾਖਤ ਕਰਾਨੇ ਵਾਲੇ ਵੋ ਯੇ ਹੈ ਗਜ਼ਲ। ਉਸਕੇ ਬਾਅਦ ਫਿਰ ਹਮ ਜੈਸੇ ਵੀ ਗਾਣੇ ਲਗੇ। ਸਾਹਿਬ ਕੀ ਬੜੀ ਟੈਕਨੀਕਲ ਗਜ਼ਲ ਹੈ, ਕਰੂੰ ਯਾਦ ਮਗਰ ਕਰੂੰ ਯਾਦ ਮਗਰ ਕਰੂੰ ਯਾਦ ਮਗਰ ਨੈਟ ਪੇ ਦੇਖਣਾ, ਬਹੁਤ ਸਾਰੇ ਰਿਮਾਰਕਸ ਮੁਝੇ ਵੀ ਮਿਲੇ ਹੈ, ਲਾਖੋਂ। ਤੋ ਇਹ ਥੋੜ੍ਹੀ ਸੀ ਇਸਮੇ ਵੋ ਕਿਆ ਕਹਿਤੇ ਹੈ ਕਿ ਗਲਤੀਆਂ ਜੋ ਹੋਤੀ ਹੈ, ਜੇ ਅੱਲਾ ਕਿਸੀ ਕੋ ਮੌਸੀਕੀ ਮੇਂ ਗਲਤੀ ਕਰਨੇ ਕੀ ਤੌਫੀਕ ਅਤਾ ਫਰਮਾਏ ਤੋ। ਕਰੋ ਯਾਦ ਮਗਰ।
साहब जी। मेरी साहब कह रहे थे कि ये लफ्जों में सुर होता है, लफ्ज की तमीज आ जाए तो सुर खुद ब खुद आ जाता है। उम्र गुजर जाती है, उम्र गुजर जाती है, ना पता चलता है सुर का, ना पता चलता है सुर का। तो लफ्ज हो तो सुर हो ना। तो हाशा लीला गले ये नेट साहब क्यों चल रहा है, तान में सुर तो होता ही नहीं है। तान तो तैयारी है, उसमें ये नहीं होता, हाय नहीं होता। हाँ सब होता है। नहीं मैं आपकी, मैं लेना चाहता हूँ आपकी वो अगवाई लेना चाहता हूँ। तान एक तैयारी है, उसमें दर्द नहीं है, हाय नहीं है। हाँ अचानक ये हो सकता, आ क्या बात है, ये हो सकता है, हाय नहीं हो सकता। तो हाय लफ्ज का पता चलेगा तो फिर सुर होगी। ये टिप दे रहा हूँ अपने छोटे भाइयों को कि मुझे मेरे उस्ताद ने गाना यही बताया है, तो उनकी मेहरबानी।
ਕਰੋ ਕਰੋ ਇਸ ਤਰ੍ਹਾਂ